ਰੇਤਾ ਸਸਤੀ ਨਹੀਂ ਹੋਈ, ਰੇਤਾ ਮਹਿੰਗੀ ਆ। ਅਤੇ ਆਪਣੇ ਸੰਘੋਵਾਲ ਜਿਹੜਾ ਟੱਕ ਆ, ਕਈ ਮਹੀਨੇ ਉੱਥੇ ਰਾਤ ਦਿਨ ਚੱਲਦਾ ਰਿਹਾ, ਚਲ ਦਿਨ ਹੀ ਰਾਤ ਚੱਲਦਾ ਰਿਹਾ ਟੱਕ, ਉਹ ਨਜਾਇਜ਼ ਬਿਲਕੁਲ ਰੇਤਾ ਚੱਕੀ ਆ। ਅਤੇ ਕੌਣ ਕਿਹਨੇ ਚੁਕਾਈ ਆ? ਇਹ ਆਮ ਆਦਮੀ ਪਾਰਟੀ ਨੇ ਚੁਕਾਈ ਆ, ਉਹਨਾਂ ਦੇ ਲੀਡਰਾਂ ਨੇ ਚੁਕਾਈ ਆ। ਰੇਤਾ ਕਹਿੰਦੇ ਸੀਗੇ ਵੀ ਸਸਤੀ ਹੋਣੀ ਆ, ਕੋਈ ਸਸਤੀ ਨਹੀਂ ਹੋਈ। ਅਤੇ ਮੈਂ ਸੁਣਿਆ ਬਿਆਨ ਕੇਜਰੀਵਾਲ ਸਾਹਿਬ ਦਾ, ਭਗਵੰਤ ਮਾਨ ਜੀ ਦਾ, ਵੀ 20,000 ਕਰੋੜ ਰੇਤਾ 'ਚ ਇਕੱਠਾ ਕਰਕੇ ਸਾਲ ਦਾ ਤਿਆਗ ਕਰਾਂਗੇ। ਇਹ ਤਾਂ ਮੇਰੇ ਖਿਆਲ 200 ਕਰੋੜ ਨਹੀਂ ਦੇਖ ਰਹੇ ਹੋ। ਐਦਾਂ ਦਾ ਨਿਊਜ਼ ਤਾਂ ਮੈਂ ਤੁਹਾਨੂੰ ਹਰਦੀਪ, ਅੱਜ ਪਹਿਲੀ ਮੀਟਿੰਗ ਹੋਈ ਆ ਅਕਾਲੀ ਦਲ ਦੀ, ਤਾਂ ਕਹਿ ਸਕਦੇ ਹਾਂ ਕਿ ਕਰਕਾਟ ਤੋੜ ਇਕੱਠ ਵੀ ਹੈ। ਫਿਲਹਾਲ ਜੋ ਮੀਟਿੰਗਸ ਫਿਰ ਮੀਟਿੰਗ ਉਹ ਰੈਲੀ ਦਾ ਰੂਪ ਧਾਰਨ ਕਰ ਗਈ, ਔਰ ਗੁਰਪ੍ਰਤਾਪ ਸਿੰਘ ਬਡਾਲਾ ਸਾਡੇ ਨਾਲ ਆ। ਸਰ ਪਹਿਲੀ ਮੀਟਿੰਗ ਸੀ ਤਾਂ ਇੱਕ ਮੇਰੇ ਖਿਆਲ 'ਚ ਮੀਟਿੰਗ ਨਹੀਂ ਕਿਹਾ ਜਾ ਸਕਦਾ, ਕਬੱਡੀ ਰੈਲੀ ਦਾ ਰੂਪ ਧਾਰਨ ਕਰ ਗਈ, ਕੀ ਕਹਿਣਾ ਚਾਹੋਗੇ? ਦੇਖੋ, ਬੜਾ ਜੋਸ਼ ਜਜ਼ਬੇ ਨਾਲ ਸਾਡੇ ਵਰਕਰ ਆਏ, ਸਾਡੇ ਲੀਡਰ ਆਏ, ਪਿੰਡਾਂ 'ਚੋਂ ਸ਼ਹਿਰਾਂ 'ਚ ਲੋਕ ਉੱਠ ਕੇ ਆਏ KP ਸਾਹਿਬ ਨੂੰ ਸੁਣਨ ਵਾਸਤੇ, ਆਪਣੀ ਹਾਜ਼ਰੀ ਲਾਉਣ ਵਾਸਤੇ। ਇਹ ਸਾਫ਼ ਸੰਕੇਤ ਦਿੰਦਾ, ਸਾਫ਼ ਜ਼ਾਹਰ ਆ ਗੱਲ ਕਿ ਲੋਕ ਆਮ ਆਦਮੀ ਪਾਰਟੀ ਤੋਂ ਬਹੁਤ ਖਫਾ ਨੇ, ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਆਮ ਆਦਮੀ ਪਾਰਟੀ ਤੋਂ। ਅਤੇ ਹੁਣ ਇਸ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਤਗੜੇ ਹੋ ਕੇ ਸਬਕ ਸਿਖਾਉਣਗੇ। ਅਤੇ ਸਾਹਿਬ ਮਹਿੰਦਰ ਸਿੰਘ KP ਬਹੁਤ ਇੱਕ ਨਿਹਾਇਤ ਸ਼ਰੀਫ਼, ਇਮਾਨਦਾਰ ਅਤੇ ਇੱਕ ਸਿਆਸੀ, ਪੁਰਾਣਾ ਸਿਆਸੀ ਘਰਾਣਾ ਆ, ਜਿਸ ਪਰਿਵਾਰ ਨੇ ਦੇਸ਼ ਦੀ ਸਿਆਸਤ ਵਾਸਤੇ ਬਹੁਤ ਵੱਡੀ ਸੇਵਾ ਕੀਤੀ ਆ। ਤਾਂ ਉਹ ਆਪਣੇ ਉਮੀਦਵਾਰ ਆ, ਲੋਕਾਂ ਨੇ ਉਹਨਾਂ ਦੀ ਉਮੀਦਵਾਰੀ 'ਤੇ ਵੀ ਮੋਹਰ ਲਾਤੀ ਆ ਕਿ ਸਭ ਤੋਂ ਵਧੀਆ ਉਮੀਦਵਾਰ ਅਗਰ ਇਸ ਲੋਕ ਸਭਾ ਇਲੈਕਸ਼ਨ 'ਚ ਹੈਗੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਹਿਬ ਮਹਿੰਦਰ ਸਿੰਘ KP ਜੀ ਆ। ਅਤੇ KP ਸਾਹਿਬ ਨੇ ਕਿਹਾ ਕਿ ਮੈਂ ਅਕਾਲੀ ਦਲ ਦੀਆਂ ਪੋਲਸੀਆਂ ਨਾਲ ਸਹਿਮਤ ਹਾਂ, ਅਕਾਲੀ ਦਲ ਦੀ ਵਿਚਾਰਧਾਰਾ ਨਾਲ ਬਿਲਕੁਲ ਮੈਨੂੰ ਬਹੁਤ ਆਪਣੇ ਪਾਉਂਦੀ ਆ, ਮੇਰੇ ਮਨ ਨੂੰ ਬੜੀ ਚੰਗੀ ਲੱਗਦੀ ਆ। ਅਤੇ ਅਕਾਲੀ ਦਲ ਦਾ ਜਿਹੜਾ ਕੰਮ ਆ ਉਹ KP ਸਾਹਿਬ ਉਹਨੂੰ ਉਹਦੀ ਸਿਫਤ ਕਰਦੇ ਆ। ਸੋ ਉਹਨਾਂ ਨੇ ਬੜਾ ਵੱਡਾ ਫੈਸਲਾ ਲਿਆ ਅਕਾਲੀ ਦਲ ਵਿੱਚ ਆਉਣ ਦਾ, ਅਤੇ ਲੋਕ ਇਸ ਫੈਸਲੇ ਦੀ ਕਦਰ ਕਰਨਗੇ ਅਤੇ KP ਸਾਹਿਬ ਦਾ ਇਸ ਇਲੈਕਸ਼ਨ ਵਿੱਚ ਸਾਥ ਦੇਣਗੇ। ਅਤੇ ਜਿਹੜੀ ਸਰਕਾਰ ਆ ਉਹਦਾ ਡਟ ਕੇ ਵਿਰੋਧ ਕਰਨਗੇ। ਅਤੇ ਬਾਕੀ ਜਿਹੜੀਆਂ ਪਾਰਟੀਆਂ ਉਹ ਤਾਂ ਹੈਗੀਆਂ ਹੀ, ਆਪਣੇ ਨੈਸ਼ਨਲ ਪਾਰਟੀਜ਼, ਜਿਹਨਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਹੀ ਨਹੀਂ ਗਾ। ਸੋ BJP ਨੂੰ ਵੀ ਲੋਕ ਐਤਕੀ ਆਪਣਾ ਪੂਰਾ ਸ਼ੀਸ਼ਾ ਦਿਖਾਉਣਗੇ। ਕਾਂਗਰਸ ਪਾਰਟੀ ਤਾਂ ਵੈਸੇ ਪਹਿਲਾਂ ਹੀ ਦੇਸ਼ ਬੜੀ ਉਹਨਾਂ ਨੇ ਲੁੱਟ ਖਸੁੱਟ ਕੀਤੀ ਆ, ਬੜੇ ਕਰਪਸ਼ਨ ਬਣੀ ਹੋਈ, ਬੜੇ ਸਕੈਂਡਲ ਹੋਏ, ਉਹ ਤਾਂ ਹੈ ਹੀ। ਜਿਹੜਾ ਕੈਂਡੀਡੇਟ ਬਾਹਰੋਂ ਆਇਆ ਚਮਕੌਰ ਸਾਹਿਬ ਦਾ, ਆਪਣੇ ਉੱਥੋਂ ਹੈਗਾ ਉਹਦਾ ਹਲਕਾ ਆ, ਅਤੇ ਉਹਨੂੰ ਫਤਿਹਗੜ੍ਹ ਸਾਹਿਬ ਤੋਂ ਲੜਨਾ ਚਾਹੀਦਾ ਸੀਗਾ ਚਰਨਜੀਤ ਸਿੰਘ ਚੰਨੀ ਜੀ ਨੂੰ। ਅਤੇ ਕਿੱਥੋਂ ਲੱਭਣ ਜਾਣਗੇ ਜਲੰਧਰ ਦੇ ਲੋਕ ਚੰਨੀ ਸਾਹਿਬ ਨੂੰ? ਅਤੇ ਚੰਨੀ ਸਾਹਿਬ ਦੇ ਆਪਣੇ ਵੈਸੇ ਹੀ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ, ਲੋਕ ਸਾਰਾ ਕੁਝ ਜਾਣਦੇ ਆ। ਸੋ ਇਹਨਾਂ ਸਾਰੀਆਂ ਗੱਲਾਂ ਨੂੰ, ਸਾਰੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਉਮੀਦ ਆ ਕਿ 5 ਕੋਨਾ ਮੁਕਾਬਲਾ ਇਸ ਵਾਰ, ਅਤੇ 5 ਕੋਨਿਆਂ ਵਿੱਚੋਂ ਲੋਕ ਅਕਾਲੀ ਦਲ ਨੂੰ, ਜਿਹੜੀ ਪੰਜਾਬ ਦੀ ਆਪਣੀ ਜਮਾਤ ਆ, ਖੇਤਰੀ ਪਾਰਟੀ ਹੈ, ਪੰਜਾਬੀਅਤ ਦੀ ਤਰਜਮਾਨੀ ਕਰਦੀ ਆ, ਪੰਜਾਬ ਵਾਸਤੇ ਸੰਘਰਸ਼ ਕੀਤਾ, ਕੁਰਬਾਨੀਆਂ ਦਿੱਤੀਆਂ ਸ਼੍ਰੋਮਣੀ ਅਕਾਲੀ ਦਲ ਨੇ, ਹਰ ਵੇਲੇ ਖਰੀ ਹੋ ਕੇ ਉਤਰੀ ਹੈ ਪੰਜਾਬ, ਆਪਣੇ ਅਕਾਲੀ ਦਲ ਪੰਜਾਬ ਲਈ। ਅਤੇ ਲੋਕ ਇਸ ਵਾਰ ਵੀ ਅਕਾਲੀ ਦਲ ਦਾ ਸਾਥ ਦੇਣਗੇ, ਅਕਾਲੀ ਦਲ ਨੂੰ ਮਜ਼ਬੂਤ ਕਰਨਗੇ, ਅਤੇ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਹੈ KP ਸਾਹਿਬ ਨੂੰ ਜਿਤਾ ਕੇ ਇੱਥੋਂ ਭੇਜਣਗੇ, ਮੈਂਬਰ ਪਾਰਲੀਮੈਂਟ ਬਣਾਉਣਗੇ। ਸਰ ਲਾਸਟ ਚਲਦੇ ਚਲਦੇ ਆਪਾਂ ਗੱਲ ਕਰ ਲੈਂਦੇ ਹਾਂ, ਸਰ ਆਮ ਆਦਮੀ ਪਾਰਟੀ ਜੋ ਸੁਪਰੀਮੋ ਸੀ ਅਰਵਿੰਦ ਕੇਜਰੀਵਾਲ, ਉਹਨਾਂ ਦਾ ਇੱਕ ਵੱਡਾ ਬਿਆਨ ਸੀ, ਕਹਿੰਦੇ ਕਿੰਨੇ ਕੁ ਪੈਸੇ ਤਾਂ ਅਸੀਂ ਰੇਤੇ ਦੇ ਵਿੱਚ ਕਮਾ ਲਾਂਗੇ, ਪਰ ਸ਼ਾਇਦ ਤਾਂ ਉਹਨਾਂ ਦਾ ਕਮਾਈ ਹੋ ਸਕਦੀ ਹੈ, ਪਰ ਜੇਕਰ ਮਾਈਨਿੰਗ ਦੀ ਗੱਲ ਕਰੇ ਤਾਂ ਅੱਜ ਵੀ ਵੱਡੇ ਵੱਡੇ ਟਿੱਪਰ ਲੰਘਦੇ ਆ, ਸੜਕਾਂ ਟੁੱਟੀਆਂ ਪਈਆਂ, ਜੇਕਰ ਦਰਿਆ ਸਤਲੁਜ ਦੀ ਗੱਲ ਕਰੀਏ ਤਾਂ ਅਗਲੇ ਮਹੀਨੇ ਫਲੱਡ ਸੀਜ਼ਨ ਸ਼ੁਰੂ ਹੋ ਜਾਣਾ, ਪਰ ਬਹੁਤ ਸਾਰੇ ਉੱਥੇ ਨੋਚਾਂ ਵਗੈਰਾ ਟੁੱਟੀਆਂ ਸੀ ਉਸੇ ਤਰ੍ਹਾਂ ਪਈਆਂ, ਹਾਲਾਤ ਬਦਤਰ ਤੋਂ ਬਦਤਰ ਹੈ, ਜੇਕਰ ਜ਼ਿਆਦਾ ਹੜ੍ਹ ਫਲੱਡ ਸੀਜ਼ਨ 'ਚ ਪਾਣੀ ਆਉਂਦਾ ਤਾਂ ਉੱਥੋਂ ਦੇ ਲੋਕਾਂ ਦਾ ਜੀਵਨ ਦੁੱਬਰ ਹੋ ਜਾਊਗਾ। ਸਾਰੇ ਪੰਜਾਬ ਦੇ ਲੋਕ ਜਾਣਦੇ ਆ ਕਿ ਮਾਈਨਿੰਗ ਜੇ ਕਰ ਰਿਹਾ ਕੋਈ, ਆਮ ਆਦਮੀ ਪਾਰਟੀ ਦੇ ਲੀਡਰ ਕਰ ਰਹੇ ਆ, ਉਹਨਾਂ ਦੇ MLA ਕਰ ਰਹੇ ਮਾਈਨਿੰਗ, ਇਹ ਕੋਈ ਗੱਲ ਲੁਕੀ ਛੁਪੀ ਨਹੀਂ ਹੈਗੀ। ਰੇਤਾ ਸਸਤੀ ਨਹੀਂ ਹੋਈ, ਰੇਤਾ ਮਹਿੰਗੀ ਆ। ਅਤੇ ਆਪਣੇ ਸੰਘੋਵਾਲ ਜਿਹੜਾ ਟੱਕ ਆ,
ਕਈ ਮਹੀਨੇ ਉੱਥੇ ਰਾਤ ਦਿਨ ਚੱਲਦਾ ਰਿਹਾ, ਚਲ ਦਿਨ ਹੀ ਰਾਤ ਚੱਲਦਾ ਰਿਹਾ ਟੱਕ ਉਹ ਨਜਾਇਜ਼ ਬਿਲਕੁਲ ਰੇਤਾ ਚੱਕੀ ਆ। ਅਤੇ ਕੌਣ ਕਿਹਨੇ ਚੁਕਾਈ ਆ? ਇਹ ਆਮ ਆਦਮੀ ਪਾਰਟੀ ਨੇ ਚੁਕਾਈ ਆ, ਉਹਨਾਂ ਦੇ ਲੀਡਰਾਂ ਨੇ ਚੁਕਾਈ ਆ। ਰੇਤਾ ਕਹਿੰਦੇ ਸੀਗੇ ਵੀ ਸਸਤੀ ਹੋਣੀ ਆ, ਕੋਈ ਸਸਤੀ ਨਹੀਂ ਹੋਈ। ਅਤੇ ਮੈਂ ਸੁਣਿਆ ਬਿਆਨ ਕੇਜਰੀਵਾਲ ਸਾਹਿਬ ਦਾ, ਭਗਵੰਤ ਮਾਨ ਜੀ ਦਾ, ਵੀ 20,000 ਕਰੋੜ ਰੇਤਾ 'ਚ ਇਕੱਠਾ ਕਰਕੇ ਸਾਲ ਦਾ ਦਿਆ ਕਰਾਂਗੇ। ਇਹ ਤਾਂ ਮੇਰੇ ਖਿਆਲ 200 ਕਰੋੜ ਨਹੀਂ ਇਕੱਠਾ ਹੁੰਦਾ, ਕਿੱਥੇ ਗਿਆ 20,000 ਕਰੋੜ? 2 ਸਾਲ ਲੰਘ ਗਏ ਆ, ਕਿੱਥੇ ਆਪਣੇ ਕਿਹੜਾ ਪੈਸਾ ਆਇਆ ਪੰਜਾਬ ਦੇ ਖਜ਼ਾਨੇ 'ਚ? ਇਹ ਸਾਰਾ ਝੂਠ ਉਹਨਾਂ ਨੇ ਫਰੇਬ ਕੀਤਾ, ਫਰੋਡ ਕੀਤਾ ਪੰਜਾਬ ਨਾਲ। ਅਤੇ ਫਿਰ ਕਹਾਂਗੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਆ ਝਾੜੂ ਦੇ ਲੀਡਰਾਂ ਨੇ, ਝਾੜੂ ਦੀ ਸਰਕਾਰ ਨੇ। ਮਾਈਨਿੰਗ ਸ਼ਰੇਆਮ ਚੱਲ ਰਹੀ ਆ, ਨਜਾਇਜ਼ ਚੱਲ ਰਹੀ ਆ। ਅਤੇ ਇਹਦੀ ਅਗਰ ਕੋਈ ਜ਼ਿੰਮੇਵਾਰ ਹੈ ਆਮ ਆਦਮੀ ਪਾਰਟੀ ਦੇ ਲੀਡਰ ਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ। ਚੰਗਾ ਜੀ, ਗੁਰਪ੍ਰਤਾਪ ਸਿੰਘ ਬੜਾਲਾ ਸਾਡੇ ਨਾਲ ਸੀ, ਖਾਸ ਕਰਕੇ ਮਾਈਨਿੰਗ ਦੇ ਮੁੱਦੇ 'ਤੇ ਗੱਲ ਕੀਤੀ ਹੈ। ਜੋ ਦਰਿਆ ਸਤਲੁਜ ਦੇ ਵਿੱਚ ਲਗਾਤਾਰ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਹੋ ਰਹੀ ਹੈ, ਅਗਲੇ 1-2 ਮਹੀਨਿਆਂ ਦੇ ਤੱਕ ਫਲੱਡ ਸੀਜ਼ਨ ਆ ਜਾਏਗਾ, ਤਾਂ ਉਹ ਬੀਤੇ ਤਕਰੀਬਨ 7 ਮਹੀਨੇ ਪਹਿਲਾਂ ਉੱਥੋਂ ਦੇ ਜੋ ਲੋਕਾਂ ਨੇ ਸੰਤਾਪ ਵੰਡਾਇਆ ਆਪਣੀ ਜ਼ਿੰਦਗੀ ਉੱਪਰ, ਉਹ ਮੁਸ਼ਕਲ ਭਰੀ ਜਿਉਂ ਹੀ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਦੁਬਾਰਾ ਉਹ ਫਲੱਡ ਆਉਂਦਾ ਤਾਂ ਹਾਲਾਤ ਉਹਨਾਂ ਦੇ ਕੀ ਹੋਣਗੇ ਸਹਿਜੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਫਿਰ ਵੀ ਅਕਾਲੀ ਦਲ ਦੀ ਇੱਕ ਵੱਡੀ ਮੀਟਿੰਗ ਹੋਈ ਹੈ, ਖਾਸ ਕਰਕੇ ਹਲਕੇ ਦੇ ਜੋ ਵਿਧਾਇਕ ਹੈ ਉਹ ਨਿਸ਼ਾਨੇ 'ਤੇ ਰਹੇ ਹੈ, ਔਰ ਦੂਜੇ ਪਾਸੇ ਹੰਸਰਾਜ ਹੰਸ ਦਾ ਜੋ ਲਗਾਤਾਰ ਵਿਰੋਧ ਹੋਇਆ ਉਹ ਵੀ ਨਿਸ਼ਾਨੇ 'ਤੇ ਰਹੇ। ਔਰ ਤੀਜੀ ਗੱਲ, ਜੋ ਡਾਕਟਰ ਸਾਡੇ ਸਤਿਕਾਰਯੋਗ ਭੀਮ ਰਾਓ ਅੰਬੇਦਕਰ ਜਿੱਥੇ ਕਿ ਬਹੁਤ ਇੱਕ ਹੁਲੜਬਾਜ਼ੀ ਕੀਤੀ ਗਈ, ਉਸ ਦੇ ਵਿੱਚ ਚਰਚਾ ਹੋਈ ਹੈ, ਤਾਂ ਅਗਲੀ ਅਪਡੇਟ ਜੋ ਵੀ ਹੋਏਗੀ ਲੈ ਕੇ ਮੈਂ ਹਾਜ਼ਰ ਹੋਵਾਂਗਾ। ਲਗਾਤਾਰ ਦੇਖਦੇ ਰਹੋ ਐਨ ਆਰ ਨਿਊਜ਼। ਧੰਨਵਾਦ।